ਪੰਜਾਬ ਵਿੱਚ ਸਨਅਤ ਨੂੰ ਹੋਰ ਵਧਾਇਆ ਜਾਵੇਗਾ। ਸੁੰਦਰ ਸ਼ਾਮ ਅਰੋੜਾ ਉਦਯੋਗ ਮੰਤਰੀ ਬਣਦੇ ਬਾਅਦ ਪਹਿਲੀ ਵਾਰ ਰਾਜ ਦੀ ਉਦਯੋਗਿਕ ਨਗਰੀ ਲੁਧਿਆਣਾ ਵਿੱਚ ਪੁੱਜੇ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਹੈ ਕਿ ਸਰਕਾਰ ਰਾਜ ਦੀ ਇੰਡਸਟਰੀ ਨੂੰ ਅਪਗ੍ਰੇਡ ਕਰਨ ਦੇ ਲਈ ਕਾਫ਼ੀ ਨਿਵੇਸ਼ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੰਡਸਟਰੀ ਨੂੰ ਵਧਾਉਣ ਦੇ ਲਈ ਵੱਖ ਵੱਖ ਕਦਮ ਉਠਾਏ ਜਾ ਰਹੇ ਹਨ। ਬੜਾਵਾ ਮਿਲੇਗਾ ਔਰ ਅਨਇੰਪਲਾਇਮੈਂਟ ਦੂਰ ਹੋਏਗੀ ਕਾਫ਼ੀ ਲੋਕਾਂ 'ਚ। ਪਿਛਲੇ 10-12 ਦਿਨ ਤੋਂ ਅਸੀਂ ਚੰਡੀਗੜ੍ਹ 'ਚ ਵੀ ਦੇਖ ਰਹੇ ਹਾਂ ਕਿ ਕਾਫ਼ੀ ਨਵੇਂ ਲੋਕ ਆ ਰਹੇ ਨੇ ਪੰਜਾਬ 'ਚ ਇਨਵੈਸਟ ਕਰਨ। ਸਰ ਅਜੇ ਤਾਂ ਹੁਣ ਹੋਈ ਆ, ਹੁਣ ਮਿਨਿਸਟਰੀਆਂ ਬਣੀਆਂ, ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਠੇ ਸੀ। ਆਉਣ ਵਾਲੇ ਸਮੇਂ ਦੇ ਅੰਦਰ ਅੱਜ 1330 ਕਰੋੜ ਦਾ ਤਾਂ ਲੁਧਿਆਣੇ ਹੀ ਹੋ ਗਿਆ ਔਰ ਕੁਛ ਦਿਨਾਂ ਦੇ ਅੰਦਰ CM ਸਾਹਿਬ ਦੱਸਣਗੇ ਕਾਫ਼ੀ ਨਵੇਂ ਪਲੇਅਰ ਜਿਹੜੇ ਆ, ਨਵੇਂ ਇਨਵੈਸਟਰ ਜਿਹੜੇ ਪੰਜਾਬ ਦੇ ਅੰਦਰ ਆ ਰਹੇ ਨੇ। ਇੱਕ ਜੋ ਪੰਜਾਬ ਸਰਕਾਰ ਦੀ ਸੋਚ ਸੀ ਕਿ ਇੰਡਸਟਰੀ ਨੂੰ ਪ੍ਰਫੁੱਲਿਤ ਕਰਨਾ, ਬੈਕਬੋਨ ਹੈ ਪੰਜਾਬ ਦੀ ਇੰਡਸਟਰੀ ਅਤੇ ਲੋਕਾਂ ਨੂੰ ਅਨਇੰਪਲਾਇਮੈਂਟ ਵੀ ਖਤਮ ਹੋਏਗੀ, ਇਹ ਸਰਕਾਰ ਦੀ ਸੋਚ। ਦੇਖੋ ਗੱਲ ਇਹ ਹੈ ਕਿ ਇੱਕ ਉਮੀਦ ਤਾਂ ਜ਼ਰੂਰ ਹੋਈ ਹੈ ਲੇਕਿਨ ਜਦੋਂ ਤੱਕ ਪੂਰਾ ਇਹਦਾ ਰਿਜ਼ਲਟ ਨਹੀਂ ਆ ਜਾਂਦਾ ਕਿਉਂਕਿ ਹਲੇ ਪੋਲਿਸੀ ਦੀਆਂ ਜਿਹੜੀਆਂ ਡਰਾਫਟ ਗਾਈਡਲਾਈਨਸ ਉਹ ਵੀ ਨਹੀਂ ਬਣੀਆਂ ਹਾਲੇ ਤੱਕ। ਇੱਕ ਵਾਰ ਪੋਲਿਸੀ ਜਿਹੜੀ ਫਾਈਨਲ ਹੋ ਕੇ ਬਾਹਰ ਆ ਜਾਵੇ, ਉਸ ਤੋਂ ਬਾਅਦ ਇਹਦੀ ਇੰਪਲੀਮੈਂਟੇਸ਼ਨ ਸ਼ੁਰੂ ਹੋ ਜਾਵੇ, ਫਿਰ ਸਾਨੂੰ ਇੱਕ ਪੂਰੀ ਉਮੀਦ ਹੋ ਜਾਏਗੀ ਕਿ ਇਹ ਜਿਹੜੀ ਹੈ ਇਹ ਪ੍ਰੈਕਟੀਕਲੀ ਪੋਲਿਸੀ ਜਿਹੜੀ ਇੰਪਲੀਮੈਂਟ ਹੋ ਰਹੀ ਹੈ। ਨਹੀਂ ਉਹ ਤਾਂ ਉਹ ਜਿਹੜੀ ਗੱਲ ਹੈ ਉਹ ਤਾਂ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਇਹ ਤਾਂ ਇੱਕ ਇੰਡਸਟਰੀ ਨਾਲ ਸਾਜਿਸ਼ ਹੋਈ ਹੈ 5 ਰੁਪਏ ਬਿਜਲੀ ਵਾਲੀ, ਤੁਸੀਂ 2-part ਟੈਰਿਫ ਲਾ ਦਿੱਤਾ। ਜੇ ਬਿਜਲੀ ਦੀ ਗੱਲ ਕਰੀਏ ਤਾਂ ਜਿਹੜਾ ਗਵਰਨਮੈਂਟ ਸਾਨੂੰ ਇਨਸੈਂਟਿਵ ਦੇ ਰਹੀ ਹੈ ਉਹ 10% ਦਾ ਹੈ, 10% ਦਾ ਇਨਸੈਂਟਿਵ ਹੈ। 9.33% ਇੱਕ ਰੇਟ ਵੱਧ ਗਏ ਨੇ, 6% ਇਹਨਾਂ ਨੇ ਇੱਕ ਵਧਾ ਦਿੱਤਾ, 16% ਪਿਛਲੀ ਸਰਕਾਰ ਦੇ ਵੱਧ ਜਿਹੜੀ ਬਿਜਲੀ ਵੱਧ ਚੁੱਕੀ ਹੈ। ਉਸ ਤੋਂ ਇਲਾਵਾ ਜਿਹੜਾ 2-part ਟੈਰਿਫ ਦੇ ਅੰਦਰ ਲਿਆ ਕੇ ਇਹਨਾਂ ਨੇ ਜਿਹੜੀ ਲਗਭਗ 20-25% ਬਿਜਲੀ ਉਹਦੇ 'ਚ ਵਧਾ ਦਿੱਤੀ। ਅਤੇ ਜੇ ਦੇਖਿਆ ਜਾਵੇ ਪੁਰਾਣੇ ਰੇਟ ਦੇ ਨਾਲੋਂ ਸਾਨੂੰ ਲਗਭਗ ਸਮਾਲ ਅਤੇ ਮੀਡੀਅਮ ਦੀ ਗੱਲ ਕਰ ਰਿਹਾ ਮੈਂ, ਅਪਰੋਕਸੀਮੇਟਲੀ 1 ਰੁਪਏ ਬਿਜਲੀ ਜਿਹੜੀ ਆ ਉਹ ਪੁਰਾਣੇ ਰੇਟ ਤੋਂ ਵੀ ਜ਼ਿਆਦਾ ਪੈ ਰਹੀ ਹੈ। ਇਹ ਪਹਿਲੀ ਵਾਰ ਇੱਦਾਂ ਦੀ ਪੋਲਿਸੀ ਬਣੀ ਹੈ ਕਿ ਜਿਹੜੇ ਲੋਕ ਗਰੀਬ ਨੇ, ਜਿਹੜੇ ਲੋਕ ਕਮਜ਼ੋਰ ਨੇ, ਜਿਹੜੇ ਲੋਕ ਘੱਟ ਬਿਜਲੀ ਫੂਕਣਗੇ ਉਹਨਾਂ ਨੂੰ ਜ਼ਿਆਦਾ ਬਿੱਲ ਆਉਣਗੇ, ਕਿਉਂਕਿ 2-part ਟੈਰਿਫ ਦੇ ਵਿੱਚ ਜਿਹੜਾ ਜ਼ਿਆਦਾ ਕੰਜ਼ਮਪਸ਼ਨ ਕਰੇਗਾ ਉਹਨੂੰ ਬੈਨੀਫਿਟ ਮਿਲੇਗਾ ਅਤੇ ਜਿਹੜੇ ਲੋਕ ਘੱਟ ਕੰਜ਼ਮਪਸ਼ਨ ਕਰਨਗੇ ਉਹਨਾਂ ਨੂੰ ਇਹਦਾ ਬਹੁਤ ਜ਼ਿਆਦਾ ਜਿਹੜਾ ਬਿੱਲ ਮਹਿੰਗਾ ਪਏਗਾ। ਜਿੱਦਾਂ ਕਿ ਅੱਜ ਮੰਤਰੀ ਜੀ ਆਪ ਮੰਨ ਕੇ ਗਏ ਨੇ ਇੱਥੋਂ ਕਿ ਸਮਾਲ ਸਕੇਲ ਨੂੰ ਕਾਫ਼ੀ ਦਿੱਕਤ ਆ ਰਹੀ ਹੈ। ਨਹੀਂ ਅਸੀਂ ਰੇਜ਼ ਕੀਤਾ ਸੀ ਜੀ ਇਹ ਮੁੱਦਾ ਉਹਨਾਂ ਕੋਲ, ਉਸ ਤੋਂ ਬਾਅਦ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਮੰਤਰੀ ਜੀ ਨੇ ਕਿ ਕੁਛ ਦਿਨਾਂ ਦੇ ਵਿੱਚ ਜਿਹੜਾ ਸਮਾਲ ਸਕੇਲ ਦਾ ਬਿਜਲੀ ਦਾ ਜਿਹੜਾ ਅਸੀਂ ਮੁੱਦਾ ਇਹਨੂੰ ਸੈਟਲ ਕਰਾਂਗੇ। ਨਹੀਂ ਪੈਕੇਜ ਦੇਖੋ ਗੱਲ ਉਹ ਪਾਰਟ ਆਫ ਦਾ ਇੰਡਸਟਰੀਅਲ ਪੋਲਿਸੀ ਹੈ ਲੇਕਿਨ ਦਿੱਕਤ ਇਹ ਆ ਰਹੀ ਹੈ ਕਿ ਗਵਰਨਮੈਂਟ ਕੋਲ ਫੰਡਸ ਵੀ ਹੋਣੇ ਚਾਹੀਦੇ, ਇਸ ਕਰਕੇ ਪਹਿਲਾਂ ਤੁਸੀਂ ਇੰਡਸਟਰੀ ਨੂੰ ਪੈਕੇਜ ਦੇ ਦਿਓ, ਦੇਣ ਤੋਂ ਬਾਅਦ ਕਦੇ ਇਹ ਨਾ ਹੋਵੇ ਕਿ ਅੱਗੇ ਲੌਂਗ ਟਰਮ ਦੇ ਵਿੱਚ ਜਾ ਕੇ ਜਦੋਂ ਅਸੀਂ ਇਨਸੈਂਟਿਵ, ਕਿਉਂਕਿ 96 ਦੇ ਇਨਸੈਂਟਿਵ ਜਿਹੜੇ ਨੇ ਉਹ ਹਾਈ ਕੋਰਟ ਸੁਪਰੀਮ ਕੋਰਟ ਦੀ ਇੰਟਰਫੇਰੈਂਸ ਤੋਂ ਬਾਅਦ ਹਲੇ ਤੱਕ ਨਹੀਂ ਮਿਲੇ 96 ਦੀ ਪੋਲਿਸੀ ਦੇ। 2000 ਜਿਹੜੀ 14-ਵਾਲੀ ਸੁਖਬੀਰ ਬਾਦਲ ਦੀ ਇੰਡਸਟਰੀਅਲ ਪੋਲਿਸੀ ਸੀਗੀ ਉਹਦੇ ਇਨਸੈਂਟਿਵ ਵੀ ਹਲੇ ਪੈਂਡਿੰਗ ਪਏ ਹੋਏ ਨੇ, ਉਦੋਂ ਜਿਹਦੇ ਨਾਲ ਲੋਕਾਂ ਨੇ ਇੰਡਸਟਰੀ ਲਾ ਦਿੱਤੀ ਹੈ ਉਹ ਉਹਨਾਂ ਦੇ ਇਨਸੈਂਟਿਵ ਵੀ ਹਲੇ ਤੱਕ ਪੈਂਡਿੰਗ ਪਏ ਹੋਏ ਨੇ। ਠੀਕ ਹੈ ਇਨਵੈਸਟਮੈਂਟ ਆ ਜਾਂਦੀ ਹੈ ਲੇਕਿਨ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਪਾਰਟ ਹੈ ਅਤੇ ਉਹ ਇਨਸੈਂਟਿਵ ਪਾਰਟ ਹੈ ਉਹਦੇ ਵਾਸਤੇ ਗਵਰਨਮੈਂਟ ਦੀ ਜਿੰਨੀ ਦੇਰ ਤੱਕ ਇਹਨੂੰ ਅਮਲੀ ਜਾਮਾ ਪੂਰੀ ਤਰ੍ਹਾਂ ਨਹੀਂ ਪਹਿਨਾਇਆ ਜਾਂਦਾ ਇੰਡਸਟਰੀ ਨੂੰ ਉੰਨੀ ਦੇਰ ਤੱਕ ਵਿਸ਼ਵਾਸ ਨਹੀਂ, ਕਿਉਂਕਿ ਸਾਡੇ ਨਾਲ ਪਿਛਲੇ 10 ਸਾਲ ਤੋਂ ਇਹ ਧੱਕਾ ਹੁੰਦਾ ਆ ਰਿਹਾ, ਇਸ ਕਰਕੇ ਇੰਨੀ ਜਲਦੀ ਵਿਸ਼ਵਾਸ ਬਣਨ ਵਾਲਾ ਨਹੀਂ ਹੈ ਸਰਕਾਰ ਦੇ ਵਿੱਚ।